ਸਤਿਪਾਲ ਜੀ ਡੇਲੀ ਪੁਸ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਆ। ਆਈ ਐਮ ਸ਼ੋਰ ਕਿ ਤੁਸੀਂ ਸਾਰੇ ਨੂੰ ਪਤਾ ਹੋਵੇਗਾ ਕਿ ਐਪ ਯਾਨੀ ਕਿ ਸਿਟੀਜ਼ਨਸ਼ਿਪ ਐਮੈਂਡਮੈਂਟ ਐਕਟ ਜੋ ਕਿ 11th ਆਫ ਦਸੰਬਰ ਯਾਨੀ ਕਿ ਵੈਡਨਸਡੇ ਨੂੰ ਹੋਮ ਮਿਨਿਸਟਰ ਯਾਨੀ ਕਿ ਅਮਿਤ ਸ਼ਾਹ ਵੱਲੋਂ ਜੋ ਹੈ ਲੈ ਕੇ ਆਇਆ ਗਿਆ ਹੈ ਇਹ ਐਕਟ, ਐਂਡ ਅੱਜ ਤੱਕ ਇਸ ਐਕਟ ਨੂੰ ਲੈ ਕੇ ਆਈ ਕੈਨ ਸੇ ਇਸ ਦੇ ਅਗੇਂਸਟ ਤੁਸੀਂ ਬਹੁਤ ਸਾਰੇ ਪ੍ਰੋਟੈਸਟ ਦੇਖੇ ਹੋਣੇ। ਬੱਚੇ ਇਸ ਨੂੰ ਲੈ ਕੇ ਜੋ ਹੈ ਕਾਫੀ ਜ਼ਿਆਦਾ ਪ੍ਰੋਟੈਸਟ ਕਰ ਰਹੇ ਨੇ। ਜਾਮੀਆਂ ਯੂਨੀਵਰਸਿਟੀ ਦੇ ਵਿੱਚ ਤੁਸੀਂ ਦੇਖਿਆ ਕਿ ਕਾਫੀ ਤੋੜ ਫੋੜ, ਬੱਚੇ ਸੇਫ ਫੀਲ ਨਹੀਂ ਕਰ ਰਹੇ ਅਸੀਂ ਕਹਿ ਸਕਦੇ ਹਾਂ, ਬਟ ਪੰਜਾਬ ਯੂਨੀਵਰਸਿਟੀ ਯਾਨੀ ਕਿ ਚੰਡੀਗੜ੍ਹ, ਚੰਡੀਗੜ੍ਹ ਦੇ ਸਟੂਸੀ ਦੇ ਵਿੱਚ ਅਸੀਂ ਮੌਜੂਦ ਹੈਗੇ ਆ। ਐਂਡ ਮੈਂ ਆਪਣੇ ਕੈਮਰਾ ਪਰਸਨ ਨੂੰ ਕਹਿਣਾ ਚਾਹੂੰਗੀ ਕੈਮਰਾ ਪੈਨ ਕਰਕੇ ਦਿਖਾਵੇ ਕਿ ਇੱਥੇ ਸਟੂਡੈਂਟਸ ਪ੍ਰੋਟੈਸਟ ਕਰ ਰਹੇ ਨੇ। ਮੈਂ ਕਹਿਣਾ ਚਾਹੂੰਗੀ ਸਟੂਡੈਂਟ ਪ੍ਰੋਟੈਸਟ ਜ਼ਰੂਰ ਕਰ ਰਹੇ ਨੇ, ਬਟ ਇਹ ਪ੍ਰੋਟੈਸਟ ਇਸ ਐਕਟ ਦੇ ਨਾਲ ਆ। ਆਈ ਕੈਨ ਸੇ ਦੈਟ ਕਿ ਇਹ ਪ੍ਰੋਟੈਸਟ ਜਿਹੜਾ ਕਰ ਰਹੇ ਨੇ ਪੰਜਾਬ ਯੂਨੀਵਰਸਿਟੀ ਦੇ ਬੱਚੇ, ਉਹ ਇਸ ਐਮੈਂਡਮੈਂਟ ਐਕਟ ਦੇ ਨਾਲ ਚੱਲ ਕੇ ਕਰ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਇਹ ਜੋ ਐਕਟ ਹੋਮ ਮਿਨਿਸਟਰ ਵੱਲੋਂ ਸਾਰਿਆਂ ਨੂੰ ਦੱਸਿਆ ਗਿਆ ਇਸ ਐਕਟ ਬਾਰੇ, ਉਹ ਸਾਰੇ ਲੋਕਾਂ ਦੇ ਹਿੱਤ ਵਿੱਚ ਆ। ਤੁਸੀਂ ਦੇਖ ਸਕਦੇ ਹੋ ਕਿ ਬੱਚਿਆਂ ਵਿੱਚ ਕਿੰਨਾ ਜੋਸ਼ ਆ ਇਸ ਐਕਟ ਨੂੰ ਲੈ ਕੇ। ਅਸੀਂ ਇਸ ਕਵਰੇਜ ਇਸ ਲਈ ਤੁਹਾਨੂੰ ਦਿਖਾ ਰਹੇ ਨੇ ਕਿ ਹਰ ਪਾਸੇ ਇਸ ਐਕਟ ਨੂੰ ਲੈ ਕੇ ਜੋ ਹੈ ਬੱਚੇ ਅਗੇਂਸਟ ਨੇ, ਹਰ ਪਾਸੇ ਲੋਕ ਜੋ ਹੈ ਸਰਕਾਰ ਨੂੰ ਗਲਤ ਕਹਿ ਰਹੇ ਨੇ ਇਸ ਐਕਟ ਨੂੰ ਲੈ ਕੇ, ਬਟ ਇਹ ਜਿਹੜੇ ਬੱਚੇ ਆ ਉਹ ਦੱਸ ਰਹੇ ਕਿ ਇਹ ਐਕਟ ਲੋਕਾਂ ਦੀ ਭਲਾਈ ਲਈ ਰੱਖਿਆ ਗਿਆ ਹੈ। ਇਹਨਾਂ ਬੱਚਿਆਂ ਦਾ ਕਹਿਣਾ ਹੈ ਕਿ ਜਿਹੜੇ ਮੁਸਲਮਾਨ ਆ ਉਸ ਇਸ ਐਕਟ ਦੇ ਵੱਲੋਂ ਉਹਨਾਂ ਨੂੰ ਕੋਈ ਵੀ ਹਾਨੀ, ਕੋਈ ਵੀ ਗਲਤ ਸੈਂਸ ਦੇ ਵਿੱਚ ਇਸ ਨੂੰ ਨਹੀਂ ਜੋ ਹੈ ਐਕਟ ਨੂੰ ਕੱਢਿਆ ਗਿਆ ਹੈ। ਤੁਸੀਂ ਦੇਖ ਸਕਦੇ ਹੋ ਕਿ ਕੁੜੀ ਬੱਚਿਆਂ ਨੂੰ ਸਪੀਚ ਦੇ ਰਹੀ, ਉਹ ਦੱਸ ਰਹੀ ਆ ਕਿ ਇਹ ਐਕਟ ਸਾਰੇ ਹਿੱਤਾਂ ਦੇ ਵਿੱਚ ਆ, ਸਾਰੇ ਲੋਕਾਂ ਦੇ ਹਿੱਤਾਂ ਵਿੱਚ ਆ। पॉपुलेशन के ऊपर है कि जो हमारे बांग्लादेश है, पाकिस्तान, अफगानिस्तान, जहाँ पे ये सारी पॉपुलेशन में हिंदू है, सिख है, पारसी है, जैन है, बुद्ध है, और ये सब जो पॉपुलेशन वहाँ पे माइनॉरिटी में और प्रताड़ित हो रही हैं, उनको बचाने के लिए है और उनको शरणार्थी रूप में यहाँ स्वीकार करने के लिए। और जो दूसरा पॉइंट ये बोल रहे हैं कि आर्टिकल 14 को हम लोग वायलेट कर रहे हैं इस एक्ट के द्वारा, जब पार्लियामेंट ने इसको वायलेट किया है, ऐसा कुछ नहीं है। ये हमारे जो सिटीजन्स हैं उन पर एप्लीकेबल नहीं है। यहाँ पर किसी मुस्लिम को अपना रिलीजन से प्रूव करने की ज़रूरत नहीं है। ये तो एक्स्ट्रा है लेने के लिए, ये किसी की सिटीजनशिप छीनने का जो एक्ट नहीं है, ये और जो देने का एक्ट है। और ये जो भ्रम की कुटी है उसको खत्म करने के लिए आज हम यहाँ पे इकट्ठे हैं। ऐसा कुछ नहीं है, ये भ्रम की स्थिति है कि हर पास जड़ा है, क्योंकि वो हिंसा का सहारा ले रहे हैं। अखिल भारतीय विद्यार्थी परिषद का जिन्हें भी साढ़े नेशनल लेवल पर और लगभग साढ़ा हर कैंपस के भी साढ़ी यूनिट है, उतने हर एक जड़ी पार्टी हैगी है, यदा जड़ा है वह जड़ा है वेलकम कर रही हैगी, पर क्योंकि वो हिंसा का सहारा लेंदे ने तो सुर्खियां बतोड़ जाते हैं और पत्थर मार रहे हैं, पुलिस लोग उत्ते मार रहे हैं, इस करके वो सुर्खियों के जड़े के बने हुए है। वो कुछ एक चंक है उन्होंने एक्सट्रीमिस्ट फोर्सिस का जो कितने कितने भारत को वंडन की कोशिश कर रहा है। इस तो अलावा आई डोंट थिंक जो है भारत का जो है
ਸੀਗਾ 2014 ਦੇ ਮੈਨੀਫੈਸਟੋ 2019 ਦੇ ਮੈਨੀਫੈਸਟੋ ਦੋਨਾਂ ਦੇ ਵਿੱਚ ਬੀਜੇਪੀ ਦਾ ਇਹ ਇੱਕ ਮੁੱਦਾ ਸੀਗਾ ਔਰ ਲੋਕਾਂ ਨੇ ਫਿਰ ਵੀ ਉਹਨਾਂ ਨੂੰ ਇਹਨਾਂ ਸਮਰਥਨ ਦੇ ਕੇ ਜਿਹੜਾ ਹੈਗਾ ਵਾ ਇਹਨਾਂ ਨੇ ਜਿਹੜਾ ਹੈਗਾ ਵਾ ਸਮਰਥਨ ਦੇ ਕੇ ਉਹਨਾਂ ਨੂੰ ਫਿਰ ਵੀ ਪਾਰਲੀਮੈਂਟ ਦੇ ਵਿੱਚ ਪਹੁੰਚਾਇਆ ਹੈਗਾ ਔਰ ਇਨ ਮੈਜੋਰਿਟੀ ਦੇ ਨਾਲ ਇਟ ਮੀਨਸ ਕਿ ਲੋਕ ਜਿਹੜਾ ਹੈ ਕਿ ਚਾਹੁੰਦੇ ਨੇ ਸੀ ਇਹ ਵਾਰੀ ਐਕਟ ਐਂਡ ਭਾਰਤ ਦੀ ਜਿਹੜੀ ਪ੍ਰਥਾ ਰਹੀ ਅਦਿਤੀ ਦੇਵੋ ਭਵਾ ਦੀ ਔਰ ਆਈ ਡੋਂਟ ਥਿੰਕ ਇਹਦੇ ਵਿੱਚ ਕਿਸੇ ਨੂੰ ਵੀ ਜਿਹੜਾ ਹੈਗਾ ਸੈਡਨੈਸ ਦੀ ਜਿਹੜੀ ਹੈਗੀ ਹੁਣ ਉਹ ਗੱਲ ਨਹੀਂ ਚਾਹੀਦੀ ਜੋ ਪ੍ਰੋਟੈਸਟ ਕਰ ਰਹੇ ਹੋ ਉਹ ਨਹੀਂ ਸੇ ਅਬਾਊਟ ਦੈਟ ਇਸ ਬਿਲ ਕੋ ਜੋ ਲੋਕ ਪ੍ਰੋਟੈਸਟ ਕਰ ਰਹੇ ਹੈ ਉਸਮੇ ਇਹ ਬਤਾਨਾ ਚਾਹਤੇ ਹੈ ਕਿ ਲੋਗੋ ਕੋ ਮਿਸ ਅੰਡਰਸਟੈਂਡਿੰਗ ਹੈ ਜੋ ਲੋਕ ਸੋਚ ਰਹੇ ਹੈ ਵੋ ਅਸਲ ਮੇ ਉਨੇ ਪੂਰੀ ਇਨਫੋਰਮੇਸ਼ਨ ਨਹੀਂ ਹੈ ਸੋ ਤੁਸੀਂ ਬੇਸਿਕਲੀ ਇਹ ਪ੍ਰੋਟੈਸਟ ਕਿਉਂ ਕਰ ਰਹੇ ਹੋ ਡੂ ਯੂ ਹੈਵ ਐਨੀ ਆਈ ਕਾਰਡ ਤੁਸੀਂ ਇਸ ਯੂਨੀਵਰਸਿਟੀ ਚ ਪੜ੍ਹਦੇ ਹੋ ਮੈਂ ਇਸ ਯੂਨੀਵਰਸਿਟੀ ਮੇ ਪੜ੍ਹਦਾ ਹੂੰ ਹਮ ਇਹ ਕਰੇ ਕਿ ਲੋਗੋ ਕੋ ਪੂਰੀ ਇਨਫੋਰਮੇਸ਼ਨ ਮਿਲੇ ਔਰ ਜੋ ਸੀਏ ਹੈ ਉਸਕੇ ਸਾਥ ਚਲੇ ਕੌਜ ਜੋ ਸਿਟੀਜਨ ਹੈ ਉਨੇ ਕੋਈ ਯਹਾਂ ਪਰ ਇਸ਼ੂ ਨਹੀਂ ਹੈ ਤੁਹਾਡੇ ਵੱਲੋਂ ਜੋ ਮੈਂ ਤੁਹਾਨੂੰ ਪੁੱਛਾਂ ਕਿ ਕਿਆ ਯਾਨੀ ਕਿ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਬਾਰੇ ਤੁਸੀਂ ਲੋਕਾਂ ਨੂੰ ਕੀ ਦੱਸਣਾ ਚਾਹੋਗੇ ਮੈਂ ਇਹ ਦੱਸਣਾ ਚਾਹਤਾ ਹੂੰ ਪਹਿਲੇ ਪੂਰੀ ਇਨਫੋਰਮੇਸ਼ਨ ਆਪਣੇ ਲੋ ਔਰ ਕਿਸੇ ਕੇ ਵੀ ਰੂਮਰਸ ਪੇ ਬਿਲੀਵ ਨਾ ਕਰੋ ਖੁਦ ਆਪਣਾ ਸਿਟੀਜ਼ਨ ਕੋ ਕੋਈ ਪ੍ਰੋਬਲਮ ਨਹੀਂ ਹੈ ਕਿਸੇ ਰਿਲੀਜਨ ਔਰ ਕਿਸੇ ਸੋਸਾਇਟੀ ਕੋ ਇਹ ਨਹੀਂ ਕਰ ਰਹਾ ਹੈ ਪੁਆਇੰਟ ਆਊਟ ਨਹੀਂ ਕਰ ਰਹਾ ਹੈ ਇਹ ਸਭ ਕੇ ਹਿੱਤ ਮੇ ਹੈ ਔਰ ਇੱਕ ਵਾਰ ਇਹ ਅਪਲਾਈ ਹੋ ਗਿਆ ਤੋ ਕਿਸੇ ਕੋ ਯਹਾਂ ਪ੍ਰੋਬਲਮ ਨਹੀਂ ਹੋਗੀ ਸੋ ਇਹ ਲੋਕੀ ਕਹਿ ਰਹੇ ਨੇ ਕਿ ਮੁਸਲਮਾਨ ਦੇ ਅਗੇਂਸਟ ਆਏ ਐਕਟ ਇਹਦੇ ਬਾਰੇ ਕੀ ਕਹਿਣਾ ਚਾਹੋ ਇਹ ਕੋਈ ਮੁਸਲਮਾਨ ਕੇ ਅਗੇਂਸਟ ਨਹੀਂ ਆਇਆ ਹੈ ਇਹ ਜੋ ਵੀ ਆਇਆ ਹੈ ਪੂਰੀ ਪਾਰਲੀਮੈਂਟ ਕੋ ਕਰਦਾ ਹੈ ਅਗਰ ਇਹ ਅਗੇਂਸਟ ਹੋਤਾ ਤੋ ਪਹਿਲੇ ਇਹ ਬਿਲ ਪਾਸ ਨਾ ਹੋਤਾ ਸੋ ਮੈਂ ਇਹ ਕਹਿਣਾ ਚਾਹਤਾ ਹੂੰ ਕਿ ਇਹ ਕਿਸੇ ਰਿਲੀਜਨਸ ਕੇ ਅਗੇਂਸਟ ਨਹੀਂ ਹੈ ਸਾਰੋ ਕੋ ਇੱਕ ਯੂਨਿਟੀ ਬਣਾ ਕੇ ਦੇਖਾ ਗਿਆ ਹੈ ਔਰ ਇਹ ਟੈਰਰਿਜ਼ਮ ਕੇ ਅਗੇਂਸਟ ਹੈ ਸਰ ਸੋ ਇਸ ਪ੍ਰੋਟੈਸਟ ਜਿਹੜਾ ਵੀ ਤੁਸੀਂ ਪ੍ਰੋਟੈਸਟ ਕਰ ਰਹੇ ਹੋ ਡੋਂਟ ਯੂ ਥਿੰਕ ਇਹ ਲੋਕਾਂ ਦੀ ਜੋ ਪੀਸ ਨੂੰ ਖਰਾਬ ਕਰ ਰਹੇ ਪ੍ਰੋਟੈਸਟ ਇੱਥੇ ਇਹ ਵਹੀ ਲੋਕ ਕਰ ਰਹੇ ਹੈ ਜੋ ਪਹਿਲੇ ਜਾਮੀ ਯੂਨੀਵਰਸਿਟੀ ਮੇ ਕਰ ਰਹੇ ਇਹ ਟੈਰਰਿਸਟ ਹੈ ਇਹ ਕੋਈ ਸਟੂਡੈਂਟ ਨਹੀਂ ਹੈ ਔਰ ਜਿਹੜੇ ਤੁਸੀਂ ਲੋਕੀ ਤੁਸੀਂ ਇਹਨਾਂ ਨੂੰ ਜੁਆਇਨ ਕੀਤਾ ਹੋਇਆ ਇਸ ਪ੍ਰੋਟੈਸਟ ਦੇ ਵਿੱਚ ਹਾਂਜੀ ਮੈਨੇ ਇਹ ਕਰਿਆ ਕਿ ਲੋਕੋ ਕੋ ਇਨਫੋਰਮੇਸ਼ਨ ਮਿਲੇ ਕਿ ਜੋ ਸੀ ਏ ਐਕਟ ਹੈ ਉਹ ਬਿਲਕੁਲ ਠੀਕ ਹੈ ਉਹ ਗਲਤ ਨਹੀਂ ਹੈ ਔਰ ਕੋਈ ਰਿਲੀਜਨ ਕੇ ਅਗੇਂਸਟ ਮੁਸਲਿਮ ਕੇ ਅਗੇਂਸਟ ਨਹੀਂ ਹੈ ਇਹ ਐਕਟ ਜੀ ਜੀ ਥੈਂਕ ਯੂ ਸੋ ਮਚ ਸਰ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਸ ਪ੍ਰੋਟੈਸਟ ਦੇ ਵਿੱਚ ਹੋ ਤੁਸੀਂ ਹਾਂਜੀ ਤੁਸੀਂ ਇਸ ਪ੍ਰੋਟੈਸਟ ਦੇ ਵਿੱਚ ਨਾਲ ਹੋ ਹਾਂਜੀ ਹਾਂਜੀ ਤੁਸੀਂ ਇਸ ਅਮੈਂਡਮੈਂਟ ਬਾਰੇ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਜਿਹੜਾ ਅਮੈਂਡਮੈਂਟ ਹੋਇਆ ਵੀ ਇਹਦੇ ਚ ਕੁਝ ਵੀ ਗਲਤ ਨਹੀਂ ਹੈਗਾ ਵੀ ਜਿਹੜਾ ਅਮੈਂਡਮੈਂਟ ਹੋਇਆ ਵੀ ਕੁਛ ਵੀ ਗਲਤ ਨਹੀਂ ਹੈਗਾ ਵੀ ਪਤਾ ਨਹੀਂ ਜਿਹੜਾ ਮੁਸਲਿਮ ਸਮੁਦਾਇ ਹੈ ਮੁਸਲਿਮ ਸਮਾਜ ਹੈ ਕਿਉਂ ਇੰਨਾ ਵਿਰੋਧ ਕਰ ਰਿਹਾ ਵੀ ਸਾਨੂੰ ਤਾਂ ਸਮਝ ਨਹੀਂ ਆ ਰਿਹਾ ਵੀ ਉਹਨਾਂ ਵਾਸਤੇ ਕੁਛ ਵੀ ਇਹਦੇ 'ਚ ਅੰਗੇਜ਼ ਨਹੀਂ ਹੈ ਵੀ ਸਾਰੀ ਚੀਜ਼ਾਂ ਪੋਜ਼ਿਟਿਵ ਹੈਗੀਆਂ ਵੀ ਸਿਰਫ ਦੋ ਤਿੰਨ ਜਿਹੜੀਆਂ ਚੀਜ਼ਾਂ ਹੈਗੀਆਂ ਵੀ ਤਿੰਨ ਦੇਸ਼ਾਂ ਤੋਂ ਜਿਹੜੇ ਆਪਣੇ ਆਪਣਾ ਬੰਗਲਾਦੇਸ਼ ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਜਿਹੜੇ ਉੱਧਰੋਂ ਵਿਸਥਾਪਿਤ ਹੋ ਕੇ ਜਿਹੜੇ ਆਪਣੇ ਹਿੰਦੂ ਆਪਣੇ ਮੁਸਲਿਮ ਨੂੰ ਛੱਡ ਕੇ ਫਾਰਸੀ ਆਪਣਾ ਫਾਰਸੀ ਹੈਗੇ ਆ ਵੀ ਸਿੱਖ ਸਮੁਦਾਇ ਦੇ ਲੋਕ ਜਿਹੜੇ ਵੀ ਵਿਸਥਾਪਿਤ ਹੋ ਕੇ ਆਏ ਆ ਵੀ ਉਹਨਾਂ ਵਾਸਤੇ ਅਗਰ ਉਹਨਾਂ ਦੀ ਨਾਗਰਿਕਤਾ ਦੇਣ ਵਾਸਤੇ ਕੁਛ ਗੱਲ ਕਰੀ ਹੈ ਵੀ ਸਰਕਾਰ ਨੇ ਕਰਿਆ ਵੀ ਤਾਂ ਇਹਦੇ 'ਚ ਕੁਛ ਵੀ ਮਾੜਾ ਨਹੀਂ ਹੈਗਾ ਵੀ ਸਾਨੂੰ ਲੱਗਦਾ ਵੀ ਇਹ ਬਿਲਕੁਲ ਗਲਤ ਕਰ ਰਿਹਾ ਵੀ ਜਿਹੜਾ ਇਹਦਾ ਵਿਰੋਧ ਕਰ ਰਿਹਾ ਵੀ ਅਤੇ ਆਪਾਂ ਉਹਦੇ ਪੂਰੇ ਸਮਰਥਨ 'ਚ ਹੀ ਹੈਗੇ ਆ ਵੀ ਥੈਂਕ ਯੂ ਤੁਸੀਂ ਲੋਕਾਂ ਨੂੰ ਇਸ ਐਕਟ ਬਾਰੇ ਕੀ ਕਹਿਣਾ ਚਾਹੋਗੇ ਕਲੀਅਰ ਕਰਨਾ ਚਾਹੋਗੇ ਕਿਉਂਕਿ ਜੈਸੀ ਗੱਲ ਕਰੀ ਮੁਸਲਿਮ ਦੀ ਕਿ ਮੁਸਲਿਮ ਨੂੰ ਡਰ ਨਹੀਂ ਆ ਇਹ ਤੁਸੀਂ ਦੱਸ ਚੁੱਕੇ ਹੋ ਬਟ ਇਹ ਜਿਹੜਾ ਪਹਿਲਾਂ ਇਹ 11 ਇਅਰਸ ਦਾ ਪ੍ਰੋਸੀਜਰ ਸੀਗਾ ਹੁਣ 6 ਇਅਰਸ ਹੋ ਚੁੱਕੇ ਆ 5 ਇਅਰਸ 5 ਇਅਰਸ ਹੋ ਚੁੱਕੇ ਸੋ 2014 ਤੋਂ ਰਹਿ ਰਹੇ ਉਹਨਾਂ ਨੂੰ ਕੋਈ ਲਾਸ ਨਹੀਂ ਬਟ ਜਿਹੜੇ ਲੋਕੀ ਅੱਗੇ ਹੁਣ ਇਹ ਪ੍ਰੋਟੈਸਟ ਕਰ ਰਹੇ ਆ ਲੋਕੀ ਇਹਨਾਂ ਨੂੰ ਕੀ ਕਹਿਣਾ ਚਾਹੋਗੇ ਨਹੀਂ ਨਹੀਂ ਇਹ ਜਿਹੜਾ ਪ੍ਰੋਟੈਸਟ ਕਰ ਰਹੇ ਆ ਬਿਲਕੁਲ ਗਲਤ ਕਰ ਰਹੇ ਆ ਵੀ ਇਹਨਾਂ ਨੂੰ ਐਕਚੁਅਲ 'ਚ ਕਿਹਾ ਹੈ ਵੀ ਜਿਹੜੇ ਰਾਜਨੀਤਿਕ ਜਿਹੜੇ ਲੋਕ ਹੈਗੇ ਆ ਵੀ ਉਹਨਾਂ ਨੂੰ ਉਹ ਯੂਟੀਲਾਈਜ਼ ਕਰ ਰਹੇ ਆ ਵੀ ਜਿਹੜਾ ਆਪਣਾ ਮੁਸਲਿਮ ਸਮੁਦਾਇ ਹੈ ਵੀ ਕਿੰਨੇ ਸਾਲੋਂ ਤੇ ਵਿਭਾਜਨ ਹੋਇਆ ਦੇਸ਼ ਦਾ ਉਸ ਤੋਂ ਬਾਵਜੂਦ ਵੀ ਇੱਥੇ ਮੁਸਲਿਮ ਲੋਕ ਰਹਿ ਰਹੇ ਆ ਵੀ ਉਹਨਾਂ ਨੂੰ ਅੱਜ ਤੱਕ ਕੋਈ ਦਿੱਕਤ ਨਹੀਂ ਹੋਈ ਹੈ ਵੀ ਬਾਕੀ ਦੇਸ਼ਾਂ 'ਚ ਕੀ ਹੈ ਵੀ ਆਪਣੇ ਜਿੰਨੇ ਵੀ ਮੁਸਲਿਮ ਦੇਸ਼ ਬਣਿਆ ਹੈ ਬੰਗਲਾਦੇਸ਼ ਹੈ ਪਾਕਿਸਤਾਨ ਹੈ ਅਫਗਾਨਿਸਤਾਨ ਹੈ ਵੀ ਉੱਥੇ ਜਿਹੜੇ ਹਿੰਦੂ ਰਹੇ ਹੈ ਵੀ ਰਹਿ ਗਏ ਸੀਗੇ ਵੀ ਉਹ ਉੱਧਰੋਂ ਘਟਦੀ ਗਈ ਉੱਧਰ ਉਹਨਾਂ ਦੀ ਸੰਖਿਆ ਮਤਲਬ ਪਾਕਿਸਤਾਨ ਦੀ ਗੱਲ ਕਰੀਏ ਤਾਂ ਉਸ ਟਾਈਮ 22% ਸੀਗਾ ਵੀ ਪਰ ਅੱਜ ਦੀ ਡੇਟ 'ਚ ਉੱਥੇ 3.2% ਜਿਹੜੇ ਹਿੰਦੂ ਰਹਿ ਗਏ ਆ ਵੀ ਮਤਲਬ ਸਾਰੇ ਜਿਹੜੇ ਉੱਥੋਂ ਪ੍ਰਤਾੜਿਤ ਹੋ ਕੇ ਜਿਹੜੇ ਆਏ ਆ ਵੀ ਉਹਨਾਂ ਨੂੰ ਸਾਡਾ ਦੇਸ਼ ਜੇ ਉਹਨਾਂ ਨੂੰ ਅਸੈਪਟ ਕਰ ਰਿਹਾ ਤਾਂ ਇਹਦੇ 'ਚ ਮਾੜਾ ਕੁਛ ਮਾੜਾ ਕਿਆ ਹੈ ਮੈਨੂੰ ਤਾਂ ਇਹ ਨਹੀਂ ਸਮਝ ਆਉਂਦਾ ਜੀ ਤੁਹਾਡੇ ਅਕੋਰਡਿੰਗ ਜੋ ਐਕਟ ਪੋਜ਼ਿਟਿਵ ਹੋਣਾ ਚਾਹੀਦਾ ਬਿਲਕੁਲ ਬਿਲਕੁਲ 101% ਜਿਹੜਾ ਇਹ ਪੋਜ਼ਿਟਿਵ ਰਹਿਣਾ ਚਾਹੀਦਾ ਵੀ ਇਹਦੇ 'ਚ ਆਪਣਾ ਸੰਗਠਨ ਹੈ ਵਿਸ਼ਵ ਹਿੰਦੂ ਪਰਿਸ਼ਦ ਉਹਦਾ ਪੂਰਾ ਮਤਲਬ ਸਮਰਥਨ ਕਰਦੇ ਹੈਗੇ ਵੀ ਵੈਲ ਬਹੁਤ ਸਾਰੇ ਬੱਚੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਪ੍ਰੋਟੈਸਟ ਕਰ ਰਿਹਾ ਇਸ ਤੋਂ ਲੈ ਕੇ ਬਟ ਤੁਸੀਂ ਦੇਖ ਰਹੇ ਹੋ ਕਿ ਮੈਂ ਇਹ ਕਹਿ ਸਕਦੀ ਹਾਂ ਕਿ ਜਿਵੇਂ ਉਹ ਸਟੂਡੈਂਟ ਨੇ ਕਿਹਾ ਅਸੀਂ ਕਹਿ ਸਕਦੇ ਹਾਂ ਕਿ ਲੋਕੀਸ ਦੇ ਜੋ ਹੈ ਅਗੇਂਸਟ ਨਹੀਂ ਜਾ ਰਹੇ ਕੁਛ ਲੋਕਾਂ ਨੂੰ ਅਮਿਤ ਸ਼ਾਹ ਵੱਲੋਂ ਲਿਆ ਇਹ ਡਿਸੀਜਨ ਕਾਫੀ ਜ਼ਿਆਦਾ ਪੋਜ਼ਿਟਿਵ ਲੱਗ ਰਿਹਾ ਸਰ ਇਸ ਅਮੈਂਡਮੈਂਟ ਐਕਟ ਦੇ ਬਾਰੇ ਤੁਸੀਂ ਕੀ ਕਹਿਣਾ ਦੇਖੋ ਮੈਂ ਤਾਂ ਪਹਿਲੇ ਕੀ ਬਾਤ ਕਰਨਾ ਚਾਹੂੰਗਾ ਜੀ ਜੋ ਲੋਕ ਵਿਰੋਧ ਕਰ ਰਹੇ ਹੈ ਵੀ ਮੈਂ ਖੁਦ ਵੀ ਨੋਟ ਕਰ ਰਹਾ ਥਾ
जो भीड़ आ रही है, जो मॉब आ रहा है, उनको तो ये लग रहा है कैब का मतलब उनको लग रहा है कि ओला और उबर बंद हो रही है, उनको यही अंडरस्टैंडिंग नहीं है कि एक्चुअली है क्या ये। बेसिकली ये सिटीजन अमेंडमेंट बिल आया है और ये बिल ये है कि नागरिकता देने का बिल है, ना कि ये बिल लेने का बिल है। तो जो भी लोग 31 दिसंबर 2014 से पहले जो यहाँ पे विस्थापित जो लोग हैं, जो एक्चुअली जो धर्म से प्रताड़ित हैं, चाहे जो बांग्लादेश से आए हैं, पाकिस्तान से आए हैं या अफगानिस्तान से आए हैं, उसमें जो 7 कम्युनिटीज में पारसी है, यहूदी है, इसमें क्रिश्चियन है, हिंदू है, सिख है, इनको ये नागरिकता दी जा रही है, ठीक है जी। तो इसमें जो बाकी समुदाय से आप देखिए सबसे बड़ी समस्या है, इसमें जो विरोध कर रहे हैं वो पूरे वामपंथी लोग और कुछ भटके हुए कांग्रेसी जो उसका विरोध कर रहे हैं। तो हमारा कहना सिर्फ एक ही विषय है कि मुसलमानों को ना भटकाया जाए। जो मुसलमान यहाँ पे रह रहे कई सालों से, जिनको नागरिकता दी जा चुकी है, वो यहाँ के नागरिक है, उन पर इससे कोई थ्रेट आने वाला नहीं है। जिस तरह का प्रोपोगंडा किया जा रहा है वो वामपंथियों की तरफ से प्रोपोगंडा किया जा रहा है कि इसको भटकाया जा रहा है, और इसकी पूरी जिम्मेदारी वामपंथियों और कांग्रेसियों की है। तो हमारा बिल्कुल मानना है कि जो पीछे यूथ जो पीछे लगा हुआ है, जो भाग रहा है, अगर आप लोगों से जाकर पीछे इंटरव्यू लेना तो ऐसा लग रहा है कि कैब का मतलब कल ओला उबर बंद होने वाली है, वो इसके लिए प्रदर्शन कर रहे हैं। तो यूथ को समझाएं, और हम विश्व हिंदू परिषद भजन तरह से हम लोगों को ये समझा रहे हैं, मैसेज दे रहे हैं कि जो कैब अमेंडमेंट आया, इसमें जो लोग 31 दिसंबर 2014 से पहले जो यहाँ पे जो इन देशों से जो लोग आ गए थे, जो शरणार्थी थे, जिनको समस्याएं आ रही थी, उनको नागरिकता मिलने जा रही है, किसी की नागरिकता छिन नहीं रही है। समझाया गया कि आप समर्थन ਆਪਾਂ ਇਹ ਪ੍ਰਦਰਸ਼ਨ ਕਰ ਰਹੇ ਹਾਂ, ਸਮਰਥਨ ਦਾ ਮਤਲਬ ਕਿ ਜਿਹੜਾ ਇਹ ਕੈਬ ਜਿਹੜਾ ਇਹ ਅਮੈਂਡਮੈਂਟ ਆਇਆ ਉਹਦਾ ਆਪਾਂ ਗੱਲ ਲੋਕਾਂ ਨੂੰ ਦੱਸ ਰਹੇ ਹਾਂ ਕਿ ਇਹਦਾ ਫਾਇਦਾ ਕੀ ਹੈ, ਨੁਕਸਾਨ ਕੀ ਹੈ। ਨੁਕਸਾਨ ਤਾਂ ਕੁਛ ਵੀ ਨਹੀਂ ਹੈ ਕਿਉਂਕਿ ਇਹ ਤਾਂ ਆਪਾਂ ਨਗਦ ਦੇ ਰਹੇ ਹਾਂ। ਅਤੇ ਇਹਦਾ ਯੂਥ, ਹਾਂ ਦੂਜੀ ਗੱਲ ਇਹ ਕਿ ਹਾਂ ਯੂਥ ਨੂੰ, ਯੂਥ ਜਿੱਦਾਂ ਆਪਾਂ ਸੋਸ਼ਲ ਮੀਡੀਆ ਯੂਜ਼ ਕਰੇ, ਟਵਿੱਟਰ ਯੂਜ਼ ਕਰ ਰਹੇ ਹਾਂ, ਵਟਸਐਪ ਯੂਜ਼ ਕਰ, ਇਸ ਮਾਧਿਅਮ ਤੋਂ ਆਪਾਂ ਇਸ ਮੈਸੇਜ ਨੂੰ ਬਿਲਕੁਲ ਕਲੀਅਰ ਅਤੇ ਲਾਊਡ ਪਹੁੰਚਾਏ ਕਿ ਇਸ ਤੋਂ ਇਸ ਹਿੰਦੁਸਤਾਨ ਦੇ ਵਿੱਚ ਰਹਿਣ ਵਾਲੇ ਮੁਸਲਮਾਨ ਭੈਣ ਭਰਾਵਾਂ ਨੂੰ ਕੋਈ ਨੁਕਸਾਨ ਨਹੀਂ ਹੈ, ਕੋਈ ਨੁਕਸਾਨ ਨਹੀਂ ਹੈ। ਈਵਨ ਕਿ ਜਿਹੜੇ ਵਿਚਾਰੇ ਉਹਨਾਂ ਦੇ ਨਾਲ ਜਿਹੜਾ ਪੜੋਸੀ ਗੁਆਂਢੀ ਰਹਿ ਰਹੇ ਸੀ, ਜਿਹੜੇ ਆ ਗਏ ਸੀ ਵਿਚਾਰੇ, ਜਿਹੜੇ ਅਫਗਾਨਿਸਤਾਨ, ਪਾਕਿਸਤਾਨ ਅਤੇ ਕਿਆ ਕਹਿੰਦੇ ਬਾਂਗਲਾਦੇਸ਼ ਦੇ ਸਤਾਏ ਹੋਏ ਸੀ, ਜਿਹਨਾਂ ਨੂੰ ਉੱਥੇ ਹਿੰਦੂ ਪ੍ਰੈਕਟਿਸ ਨਹੀਂ ਕਰਨ ਦੀ ਜਾ ਰਹੀ ਸੀ, ਜਿਹਨਾਂ ਦਾ ਮੰਦਿਰ ਤੋੜਿਆ ਜਾ ਰਿਹਾ ਸੀ, ਉਹਨਾਂ ਦਾ ਬਲਤਕਾਰ ਕੀਤਾ ਗਿਆ ਸੀ, ਉਹ ਜਿਹੜੇ ਲੋਕ ਇੱਥੇ ਪਰੇਸ਼ਾਨ ਆਏ ਉਹਨਾਂ ਨਾਗਰਿਕਤਾ ਮਿਲਦੀ ਪਈ ਹੈ। ਤੁਸੀਂ ਦੱਸੋ ਕਿ ਇੱਕ ਵਰਲਡ 'ਚ ਇੱਕ ਕੰਟਰੀ ਇਜ਼ਰਾਈਲ, ਇਜ਼ਰਾਈਲ ਦਾ ਬਾਏ ਡਿਫਾਲਟ ਰੂਲ ਹੈ ਕਿ ਕਿੱਥੇ ਵੀ ਯਹੂਦੀ ਪੈਦਾ ਹੋਏਗਾ ਬਾਏ ਡਿਫਾਲਟ ਇਜ਼ਰਾਈਲ ਦਾ ਨਾਗਰਿਕ ਹੈ। ਅਤੇ ਇਹ ਹਿੰਦੁਸਤਾਨ ਦੇ ਲੋਕ ਜਿਹੜੇ 1947 ਜਿਹੜੇ ਮੁਸਲਮਾਨ ਜਿਹੜੇ ਹਿੰਦੂ ਚੱਲ ਗਏ ਸੀ, ਉਹਨਾਂ ਨੂੰ ਵਿਸ਼ਵਾਸ ਲੱਗਿਆ ਸੀ ਕਿ ਜਿੰਨਾ ਦੀ ਸਰਕਾਰ ਉਹਨਾਂ ਨੂੰ ਕੁਝ ਦੇਗੀ, ਜੇ ਉਹਨਾਂ ਨੂੰ ਸਹੂਲਤਾਂ ਨਹੀਂ ਮਿਲੀ, ਅਤੇ ਅੱਜ ਜਿਹੜੇ ਪਰੇਸ਼ਾਨ ਸੀ ਉਹ ਇੰਡੀਆ ਆਏ, ਉਹਨਾਂ ਨੇ ਇੰਡੀਆ ਨੇ ਹੱਥੋਂ ਹੱਥ ਲੈ ਕੇ ਉਹਨਾਂ ਨੂੰ ਨਾਗਰਿਕਤਾ ਦਿੱਤੀ, ਤਾਂ ਤਕਲੀਫ ਕਿਸੇ ਨੂੰ ਨਹੀਂ ਚਾਹੀਦੀ, ਕਿਉਂਕਿ ਇਸ ਦੇ ਕਰਕੇ ਜਿਹੜੇ ਵੀ ਮੁਸਲਮਾਨ ਅਤੇ ਭੈਣ ਭਰਾ ਰਹੇ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਹੈ। ਅਤੇ ਆਪਾਂ ਯੂਥ ਨੂੰ ਜਿਹੜਾ ਆਪਾਂ ਪ੍ਰਦਰਸ਼ਨ ਕਰ ਰਹੇ ਹਾਂ, ਆਪਾਂ ਪ੍ਰਦਰਸ਼ਨ ਸਮਰਥਨ 'ਚ ਕਰ ਰਹੇ ਹਾਂ, ਅਤੇ ਲੋਕਾਂ ਨੂੰ ਸਮਝਾ ਰਹੇ ਹਾਂ ਕਿ ਇਹਦਾ ਕੋਈ ਨੁਕਸਾਨ ਨਹੀਂ ਹੈ, ਉਹਨੂੰ ਪਰਮਿਟ ਨਾ ਕਿਹਾ ਜਾਵੇ, ਇਹਦਾ ਪੋਲੀਟੀਕਲਾਈਜ਼ੇਸ਼ਨ ਨਾ ਕੀਤਾ ਜਾਵੇ, ਇਹ ਆਪਾਂ ਪ੍ਰਦਰਸ਼ਨ ਇੱਥੇ ਕਰ ਰਹੇ ਹਾਂ। ਵੈਲ ਇਸ ਜੋ ਹੈ ਇਸ ਐਕਟ ਬਾਰੇ ਜੈਸੀ ਕਹੀ, ਜਿਵੇਂ ਇਹਨਾਂ ਨੇ ਦੱਸਿਆ ਕਿ ਕੁਛ ਬੱਚਿਆਂ ਨੂੰ ਸਿਰਫ ਇਸਦਾ ਮਤਲਬ ਹੀ ਨਹੀਂ ਪਤਾ, ਉਹ ਸਿਰਫ ਇਸ ਪ੍ਰੋਟੈਸਟ ਦੇ ਵਿੱਚ ਹਿੱਸਾ ਲੈ ਰਹੇ ਨੇ, ਸਿਰਫ ਉਹ ਕਰਾਊਡ ਦੇ ਨਾਲ ਜਾ ਰਹੇ ਨੇ, ਬਟ ਇਹ ਜਿਹੜਾ ਪ੍ਰਦਰਸ਼ਨ, ਜਿਹੜਾ ਪ੍ਰੋਟੈਸਟ ਅਸੀਂ ਤੁਹਾਨੂੰ ਦਿਖਾਇਆ, ਇਹਦੇ ਵਿੱਚ ਕੁਛ ਲੋਕ ਅਜਿਹੇ ਨੇ ਜੋ ਕਿ ਇਸਦੇ ਫੇਵਰ ਦੇ ਵਿੱਚ ਪ੍ਰੋਟੈਸਟ ਕਰ ਰਹੇ ਨੇ, ਉਹ ਦੱਸ ਰਹੇ ਨੇ ਕਿ ਜਿਹੜੇ ਮੁਸਲਮਾਨ ਆ ਉਹਨਾਂ ਨੂੰ ਇਸ ਤੋਂ ਕੋਈ ਵੀ ਜੋ ਹੈ ਇਫੈਕਟ ਨਹੀਂ, ਕੋਈ ਬੈਡ ਇਫੈਕਟ ਨਹੀਂ ਪਊਗਾ, ਐਂਡ ਇਹ ਜਿਹੜਾ ਬਿੱਲ ਪਾਸ ਕੀਤਾ ਗਿਆ ਹੈ ਉਹ ਸਾਰੇ ਲੋਕਾਂ ਦੀ ਭਲਾਈ ਲਈ ਆ। ਇਹ ਉੱਥੇ ਦੀ ਜਿਹੜੀ ਮਾਨਸਿਕਤਾ ਆ, ਜਿਨ੍ਹਾਂ ਨੂੰ ਕੁਛ ਇੱਥੇ ਲੋਕ ਬੈਠੇ ਵੀ ਸਮਰਥਨ ਦੇ ਰਹੇ, ਚਾਹੇ ਉਹ ਮੀਡੀਆ ਹਾਊਸ 'ਚ ਹੋਣ, ਚਾਹੇ ਉਹ ਸਟੂਡੈਂਟਾਂ ਦੇ ਰੂਪ 'ਚ ਕਿਸੇ ਯੂਨੀਵਰਸਿਟੀ ਦਾਖਲ ਹੋਣ, ਤਾਂ ਉਹਨਾਂ ਦੀ ਜਿਹੜੀ ਨਾਕਾਮ ਮੰਗ ਹੈ ਇਹ ਵਿਦਿਆਰਥੀ ਪ੍ਰੀਸ਼ਦ ਕਦੇ ਵੀ ਪੂਰੀ ਹੋਣ ਨਹੀਂ ਦੇਵੇ। ਮੈਨੂੰ ਲੱਗਦਾ ਵੀ ਉੱਥੇ ਮਨਿਓਰਟੀ ਸੀ, ਮਨਿਓਰਟੀ ਨਾਲ ਧੱਕਾ ਹੋਇਆ, ਫਿਰ ਇੱਥੇ ਉਹ ਕਹਿੰਦੇ ਮੁਸਲਮਾਨ ਮਨਿਓਰਟੀ ਜਾਂ ਫਿਰ ਇੱਥੇ ਵੀ ਉਹ। ਦੇਖੋ ਜੀ, ਇਹ ਆਪਣਾ ਪਰਸਪੈਕਟਿਵ ਹੁੰਦਾ ਆ, ਇੱਕ ਆਪਾਂ ਸੂਝਵਾਨ ਵਿਅਕਤੀ ਦੇ ਤੌਰ 'ਤੇ ਗੱਲ ਕਰੀਏ ਤਾਂ ਮੁਸਲਮਾਨ ਇਸ ਦੇਸ਼ ਮਾਇਨੋਰਟੀ ਨਾ ਹੋ ਕੇ ਇਸ ਦੇਸ਼ ਦੀ ਸੈਕਿੰਡ ਮੈਜੋਰਿਟੀ ਨੇ, ਤਾਂ ਉਹਨਾਂ ਨੂੰ ਮਾਇਨੋਰਟੀ ਪਹਿਲਾਂ ਆਪਾਂ ਨੂੰ ਗਿੰਦਾ ਹੀ ਬੰਦ ਕਰਨਾ ਪੈਣਾ, ਸਾਨੂੰ ਆਪਣੀ ਇੱਕ ਪਰਸੈਪਸ਼ਨ ਚੇਂਜ ਕਰਨੀ ਪੈਣੀ ਹੈ। ਤਾਂ ਮੁਸਲਮਾਨ ਇਸ ਦੇਸ਼ ਦੀ ਮਾਇਨੋਰਟੀ 'ਚ ਨਹੀਂ ਹੈਗੇ, ਇਸ ਦੇਸ਼ ਦੀ ਸੈਕਿੰਡ ਮੈਜੋਰਿਟੀ ਹੈ। ਉਹਨਾਂ ਦਾ ਕਹਿਣਾ ਕਿ ਇਸ ਤਰ੍ਹਾਂ ਬਿੱਲ ਨਾਲ ਜਿਹੜਾ ਕਾਨੂੰਨ ਬਣ ਗਿਆ, ਹੀਣਤਾ ਆਏਗੀ ਉਹਨਾਂ ਦੇ ਦਿਲ ਵਿੱਚ ਕਿ ਅਸੀਂ ਪਰਾਏ ਮੁਲਕ ਦੇ ਵਿੱਚ ਰਹਿ ਰਹੇ ਹਾਂ ਜੇਕਰ ਅਜਿਹੀ ਕੋਈ ਅਮੈਂਡਮੈਂਟ ਹੈ। ਮੈਂ ਸਭ ਨੂੰ ਇੱਕ ਹੀ ਬੇਨਤੀ ਕਰਦਾ ਕਿ ਇਹ ਬਿੱਲ ਦਾ ਇਸ ਦੇਸ਼ ਦੇ ਵਸਨੀਕ ਲੋਕਾਂ ਨਾਲ ਲੈਣਾ ਦੇਣਾ ਹੈ ਹੀ ਨਹੀਂਗਾ। ਇੱਥੇ ਕਿਵੇਂ ਕਿਸੇ ਨੂੰ ਪਰਾਇਆ ਆਪਣਾ ਲੱਗ ਰਿਹਾ? ਜਿਹੜੇ ਲੋਕ ਬਾਹਰੋਂ ਆਉਣੇ ਨੇ ਉਹਨਾਂ ਦੇ ਆਉਣ ਦੇ ਇੱਕ ਐਲੀਜੀਬਿਲਿਟੀ ਕ੍ਰਾਈਟੀਰੀਆ ਸੈੱਟ ਕੀਤਾ ਗਿਆ, ਇਹ ਕੁਛ ਇੱਥੇ ਦੇ ਐਗਜ਼ਿਸਟਿੰਗ ਲੋਕਾਂ ਦਾ ਕੁਛ ਲੈਣਾ ਦੇਣਾ ਹੈ ਹੀ ਨਹੀਂ ਇਸ ਬਿੱਲ ਨਾਲ। ਇਹ ਜਿਹੜੇ ਫੇਕ ਆ ਜਿਹੜਾ ਨਿਊਜ਼ ਫੈਲਾਈ ਜਾ ਰਹੀ ਹੈ, ਸਾਰੇ ਕਿਰਪਾ ਕਰਕੇ ਇੱਕ ਵਾਰ ਉਹ ਐਕਟ ਨੂੰ ਤਾਂ ਪੜ੍ਹੋ।
ਜਿਹੜੀ ਜੀ ਚੱਲ ਰਹੀ ਹੈ ਕਿਸੇ ਦੀ ਗੱਲ ਸੁਣ ਕੇ ਚਾਰ ਲੋਕ ਸਮਰਥਨ ਦੇ ਜਾਂ ਵਿਰੋਧ ਚੱਲ ਜਾਂਦੇ ਨੇ ਉਹ ਚੀਜ਼ ਨਹੀਂ ਹੁੰਦੀ। ਇਸ ਦੇਸ਼ ਦੇ 21ਵੀਂ ਸਦੀ ਦੇ ਸੂਝਵਾਨ ਨਾਗਰਿਕ ਆਪਾਂ ਸਾਰੇ, ਆਉਣ ਵਾਲੇ ਟਾਈਮ ਦਾ ਫਿਊਚਰ ਹੈ ਯੂਥ ਸਾਰਾ, ਅਤੇ ਕੈਸੀ ਹਰਕਤਾਂ ਚੱਪ ਪਏ ਹੋਏ ਲੱਗ ਰਿਹਾ ਕਿ ਸਾਡੇ ਦੇਸ਼ ਦੀ ਆਬਾਦੀ ਜਿਹੜੇ ਰਫਤਾਰ ਨਾਲ ਵੱਧ ਰਹੀ ਆ, ਅਸੀਂ ਦੂਸਰੇ ਦੇਸ਼ਾਂ ਨੂੰ ਸੱਦਾ ਦੇ ਰਹੇ ਹਾਂ, ਦੂਸਰੇ ਦੇਸ਼ਾਂ ਮਲਟੀ ਮਿਨੋਰਟੀ ਦੇ ਆਓ ਸਾਡੇ ਦੇਸ਼ ਆਓ, ਅਤੇ ਆਬਾਦੀ ਜਿਹੜਾ ਪਹਿਲਾਂ ਹੀ ਇੰਨਾ ਆਬਾਦੀ ਕੰਟਰੋਲ ਨਹੀਂ ਤਾਂ ਅਸਰ ਪਵੇਗਾ। ਭਾਰਤ ਮਾਤਾ ਦੇਖੋ ਜੀ ਆਬਾਦੀ ਦੀ ਗੱਲ ਆਏ ਇਹ ਹਿੰਦੁਸਤਾਨ ਦੀ ਸਭਿਅਤਾ ਦੀ ਪਛਾਣ ਹੈ। ਅੱਜ ਤੱਕ ਪਹਿਲੀ ਵਾਰ ਨਹੀਂ ਅਸੀਂ ਰਾਮ ਕਾਲ ਤੋਂ ਇੱਥੇ ਲੋਕਾਂ ਨੂੰ ਸ਼ਰਨਾਰਥੀਆਂ ਨੂੰ ਸ਼ਰਨ ਦਿੰਦੇ ਹੀ ਆਏ ਹਾਂ, ਤਾਂ ਇਹਨਾਂ ਆਬਾਦੀ ਨੂੰ ਕੋਈ ਲੈਣ ਦੇਣਾ ਇੰਨਾ ਹੈ ਨਹੀਂ ਗਾ। ਥੋੜ੍ਹੀ ਜਿਹੀ ਆਪਾਂ ਇਸ ਚੀਜ਼ ਨੂੰ ਹੋਲਡ ਕਰਕੇ ਨਾ ਸੋਚੀਏ, ਇਹ ਦੇਖੀਏ ਕਿ ਸਾਡੀ ਇੰਡੀਜੀਨਸ ਸਿਵਿਲਾਈਜੇਸ਼ਨ ਸੀਗੀ ਇਹ ਉਹਦੇ ਬਤਾ ਰਹੇ ਸੀ ਕਿ ਸਟੈਪ ਉਹਦੇ ਲਿੱਤਾ। ਜਿਵੇਂ ਕਿ ਤੁਸੀਂ ਦੇਖਿਆ ਕਿ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਸੈਂਟਰ ਦੇ ਵਿੱਚ ਜਿੱਥੇ ਕਿ ਬੱਚੇ ਪ੍ਰੋਟੈਸਟ ਕਰ ਰਹੇ ਨੇ, ਬਟ ਮੈਂ ਖਾਸ ਮੈਂਸ਼ਨ ਕਰਨਾ ਚਾਹੂੰਗੀ ਕਿ ਇਹ ਪ੍ਰੋਟੈਸਟ ਜੋ ਹੈ ਇਸ ਐਮੈਂਡਮੈਂਟ ਐਕਟ ਦੇ ਨਾਲ ਆ, ਇਸ ਲੋਕਾਂ ਦੇ ਹਿੱਤ ਦੇ ਵਿੱਚ ਆ, ਅਤੇ ਇਹ ਜਿਹੜਾ ਐਮੈਂਡਮੈਂਟ ਐਕਟ ਸ਼ੁਰੂ ਕੀਤਾ ਗਿਆ ਹੈ ਇਹ ਲੋਕਾਂ ਨੂੰ ਪਸੰਦ ਆ ਰਿਹਾ, ਕਿਉਂਕਿ ਉਹ ਕਹਿ ਰਹੇ ਨੇ ਕਿ ਇਹ ਜਿਹੜੇ ਵੀ ਜਿਹੜੇ ਵੀ ਲੋਕ ਇਸ ਨੂੰ ਜੋ ਹੈ ਗਲਤ ਸੈਂਸ ਦੇ ਵਿੱਚ ਲੈ ਰਹੇ ਨੇ ਕਿ ਇਹ ਐਕਟ ਗਲਤ ਜਾਰੀ ਕੀਤਾ ਗਿਆ ਹੈ, ਇੱਦਾਂ ਦਾ ਬਿਲਕੁਲ ਵੀ ਨਹੀਂ ਆ, ਇਸ ਐਕਟ ਦੇ ਖਿਲਾਫ ਨਹੀਂ ਬਲਕਿ ਇਸ ਐਕਟ ਦੇ ਨਾਲ ਇਹ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਖੜ੍ਹੇ ਨੇ ਐਂਡ ਇਸ ਐਕਟ ਦੇ ਨਾਲ ਮਿਲ ਕੇ ਉਹ ਜਿਹੜਾ ਹੈ ਪ੍ਰੋਟੈਸਟ ਕਰ ਰਹੇ ਨੇ। ਜਿਵੇਂ ਕਿ ਤੁਸੀਂ ਦੇਖਿਆ ਕਿ ਹਰ ਇੱਕ ਇਨਸਾਨ ਨੇ ਇਸ ਐਕਟ ਨੂੰ ਪੋਜ਼ਿਟਿਵ ਕਿਹਾ, ਉਹਨਾਂ ਨੇ ਕਿਹਾ ਕਿ ਇਸ ਐਕਟ ਦੇ ਜੋ ਹੈ ਜਾਰੀ ਹੋਣ ਤੋਂ ਬਾਅਦ ਮੁਸਲਮਾਨਾਂ ਨੂੰ ਕੋਈ ਵੀ ਜੋ ਹੈ ਕੋਈ ਵੀ ਹਾਨੀ ਨਹੀਂ, ਕੁਝ ਵੀ ਉਹਨਾਂ ਦੇ ਹਿੱਤ ਦੇ ਵਿੱਚ ਕੁਝ ਇੱਦਾਂ ਦਾ ਨਹੀਂ ਹੈ ਕਿ ਜਿਹਨਾਂ ਦੇ ਖਿਲਾਫ ਆ, ਸਭ ਕੁਝ ਉਹਨਾਂ ਦੇ ਹਿੱਤ ਦੇ ਵਿੱਚ ਆ। ਤੁਸੀਂ ਸੁਣਿਆ, ਦਿਸ ਇਜ਼ ਮੀ ਸੋਨਾਲੀ ਸਾਈਨਿੰਗ ਆਫ ਚੰਡੀਗੜ੍ਹ ਡੇਲੀ ਪੋਸਟ ਪੰਜਾਬੀ।